آج عاشقاں نے جشن منائے. اب پورا پنڈ ہی سجا دیتا ہے دونوں ہاتھ اٹھا کے. آج عاشقاں نے جشن منائے کہ آمنہ دا لال آ گیا. آج عاشقاں نے آج عاشقاں نے جشن منائے کہ آمنہ دا لال آ گیا. آج عاشقاں نے آج عاشقاں نے جشن منائے کہ آمنہ دا لال آ گیا. او تائیوں گلیاں او تائیوں گلیاں بازار سجائے کہ آمنہ دا لال آ گیا. او تائیوں گلیاں بازار سجائے کہ آمنہ دا لال آ گیا. خیر کرما دی چولی وچ پئی اے تیری رب نے حلیمہ سن لئی اے. تیرے گھر تیرے پوران لائے کہ آمنہ دا لال آ گیا. ہو آج عاشقاں نے ہو آج عاشقاں نے جشن منائے کہ آمنہ دا لال آ گیا. ہو آج عاشقاں نے ہو آج عاشقاں نے جشن منائے کہ آمنہ دا لال آ گیا. ہو آج عاشقاں نے جشن منائے کہ آمنہ دا لال آ گیا. مینوں رکنا پی گیا. ایک منٹ ہلے نعرہ نہ سبحان اللہ. ایک منٹ مینوں رکنا پی گیا کیونکہ پہلے گل دسنی پینی ہے. سبحان اللہ. ایک ہوندا منہ ایک ہوندا بوتھا ایک ہوندا بوتھاڑ. توجہ رکھنی جڑا منہ ہوندا نا منہ جویں میں تواڈے منہ نوں ایتھے آیا. کیا کہنے ایک ہوندا نا او تے چلو کوئی عزت والی گل ہے. ایک ہوندا بوتھا جڑا مکا مارو تے سوج جاندا ہے. ایک پہلے بوتھاڑ ہوندا ہے. ہن میرے ال توجہ رکھنی میں بوتھاڑ نہیں کہنا کہنا بوتھا ہی ہے تے توجہ رکھنی مطلب او دا بوتھاڑ ہے. جو میں کہن لگا وہ دیکھو. ہو اج عاشقاں نے جشن منائے کہ آمنہ دا لال آ گیا. میں رک گیا انگلینڈ بھی میں رک جانا اس شعر تے دسن واسطے کہ جیدا تھوڑا ادھر ہو جائے دسن واسطے کہ جیدا دھیان نہیں ہو جائے. اج ماڑیاں دے پا چڑھ گئے نے اج سنیاں نو چا چڑھ گئے نے. دیکھو اج سنیاں نو چا چڑھ گئے نے. بوتھے سجائے کہ آمنہ دا لال آ گیا. ہو کئیاں ملکاں نے ہو کئیاں ملکاں نے بوتھے سجائے کہ آمنہ دا لال آ گیا. ہو میں ویکھنا اے کیڑا ہاتھ نہیں اٹھاندا. او کئیاں ملکاں نے بوتھے سجائے کہ آمنہ دا لال آ گیا. ہو کج ماریا دے ہر بندہ ہاتھ کھڑا کر کے اج ماڑیا پا چڑھ گئے نے. اج سنیا نو چا چڑھ گئے چڑھ گئے.
ਚੱਕ ਚੱਜ ਸੁਣੀਆਂ ਨੂੰ ਚਾ ਚੜ ਗਏ ਨੇ ਹੋ ਗਈਆਂ ਮੁੱਲ ਕਰਾਨ ਹੋ ਗਈਆਂ ਮੁੱਲ ਕਰਾਨ ਬੂਥੇ ਸੁਜਾਏ ਕੇ ਆ ਮੇਰਾ ਲਾਲ ਆ ਗਿਆ ਹੋ ਅੱਜ ਆਸ਼ਿਕਾਂ ਦੇ ਜਸ਼ਨ ਮਨਾਏ ਕੇ ਆ ਮੇਰਾ ਲਾਲ ਆ ਗਿਆ ਅੱਜ ਆਸ਼ਿਕਾਂ ਦੇ ਹੋ ਅੱਜ ਆਸ਼ਿਕਾਂ ਦੇ ਜਸ਼ਨ ਮਨਾਏ ਕੇ ਆ ਮੇਰਾ ਲਾਲ ਆ ਗਿਆ ਮੈਨੂੰ ਪਤਾ ਹੈ ਹਜ਼ੂਰ ਦੀ ਮਹਿਫਲ ਚ ਮੈਂ ਬਿਲਕੁਲ ਪੜਨਾ ਇੱਥੇ ਇੱਕ ਮਿੰਟ ਖੜੇ ਹੋ ਜਾਓ ਮੈਨੂੰ ਪਤਾ ਹੈ ਹਜ਼ੂਰ ਦੀ ਮਹਿਫਲ ਚ ਮੁਨਕਰ ਦਾ ਕੰਮ ਹੀ ਕੋਈ ਨਹੀਂ ਲੇਕਿਨ ਕੋਈ ਭੇਸ ਬਦਲ ਕੇ ਬੈਠਾ ਮੈਂ ਉਹਨੂੰ ਵੇਖ ਲੈਣਾ ਮੇਰੀ ਨਜ਼ਰ ਬਹੁਤ ਤੇਜ਼ ਏ ਢੋਲ ਆਇਆਂ ਤੇ ਵੀ ਪੈਂਦੀ ਹੈ ਆਖਰ ਤੇ ਵੀ ਅੱਗੇ ਤੇ ਮੈਂ ਬਹੁਤ ਵੇਖਣਾ ਜਿਹੜਾ ਨਾ ਬੋਲਿਆ ਮੈਨੂੰ ਪਤਾ ਲੱਗ ਜਾਣਾ ਅੱਜ ਮਾੜਿਆਂ ਦੇ ਪਾ ਚੜ ਗਏ ਨੇ ਅੱਜ ਸੁਣੀਆਂ ਨੂੰ ਚਾ ਚੜ ਗਏ ਦੋਨੋਂ ਹੱਥ ਉਠਾ ਕੇ ਬੋਲੋ ਅੱਜ ਸੁਣੀਆਂ ਨੂੰ ਚਾ ਚੜ ਗਏ ਬੋਲ ਬੋਲੋ ਅੱਜ ਸੁਣੀਆਂ ਨੂੰ ਚਾ ਚੜ ਗਏ ਵੇਖੋ ਅੱਜ ਸੁਣੀਆਂ ਨੂੰ ਚਾ ਚੜ ਗਏ ਵੇਖੋ ਅੱਜ ਸੁਣੀਆਂ ਨੂੰ ਚਾ ਚੜ ਗਏ ਤੇ ਕਈਆਂ ਮੁੱਲ ਕਰਾਨੇ ਉੱਥੇ ਸੁਜਾਏ ਤੇ ਆ ਬਿਨਾ ਦਾ ਲਾਲ ਆ ਗਿਆ ਕਈਆਂ ਮੁੱਲ ਕਰਾਨੇ ਉੱਥੇ ਸੁਜਾਏ ਤੇ ਆ ਬਿਨਾ ਦਾ ਲਾਲ ਆ ਗਿਆ ਅੱਜ ਆਸ਼ਿਕਾਂ ਨੇ ਜਸ਼ਨ ਮਨਾਏ ਤੇ ਆ ਬਿਨਾ ਦਾ ਲਾਲ ਆ ਗਿਆ ਚਹਿਲ ਪਹਿਲ ਪਰ ਹਜ਼ਾਰੋਂ ਈਦੇ ਰਬੀ ਉਲ ਅਵਲ ਸਿਵਾਏ ਇਬਲੀਸ ਕੇ ਜਹਾਂ ਮੇ ਸਭੀ ਤੋਂ ਖੁਸ਼ੀਆਂ ਮਨਾ ਰਹੇ ਇਸ ਸ਼ੇਰ ਦਾ ਪੰਜਾਬੀ ਤਰਜਮਾ ਮੈਂ ਪੜ੍ਹਿਆ ਹੈ ਕਿਉਂਕਿ ਜਦੋਂ ਰਬੀ ਉਲ ਅਵਲ ਦਾ ਮਹੀਨਾ ਆਉਣ ਵਾਲਾ ਹੁੰਦਾ ਜਾਂ ਜਦੋਂ ਪਿੰਡ 'ਚ ਲਾਈਟਾਂ ਲੱਗਣੀਆਂ ਹੋਣਗੀਆਂ ਕਈਆਂ ਨੂੰ ਟੈਨਸ਼ਨ ਹੋ ਗਈ ਹੈ ਯਾਰ ਫਿਰ ਅਸੀਂ ਤਾਂ ਸਮਝੇ ਸੀ ਸਿਰਫ 12 ਰਬੀ ਉਲ ਅਵਲ ਨੂੰ ਅੱਜ ਫਿਰ ਨਹੀਂ ਅਗਲੇ ਸਾਲ ਫਿਰ ਉਸ ਤੋਂ ਅਗਲੇ ਸਾਲ ਫਿਰ ਇਨਸ਼ਾਅੱਲਾ ਹਜ਼ੂਰ ਦਾ ਜਸ਼ਨ ਹੈ ਇਹ ਦਿਨਾਂ ਦਾ ਮੁਹਤਾਜ ਨਹੀਂ ਮਹੀਨਿਆਂ ਦਾ ਮੁਹਤਾਜ ਨਹੀਂ ਅਜ਼ਲ ਤੋਂ ਹੁੰਦਾ ਸੀ ਅਬਦ ਤੱਕ ਜਾਰੀ ਰਹਿਣਾ ਹੈ ਅਗਰ ਮੇਰੇ ਨਾਲ ਹਰ ਬੰਦਾ ਐਗਰੀ ਹੈ ਆ ਕੈਮਰਾ ਇੱਕ ਵਾਰੀ ਤੁਸੀਂ ਘੁਮਾ ਦੇਣਾ ਆਵਾਮ ਵੱਲ ਤੁਹਾਡਾ ਬਹੁਤ ਅੱਛਾ ਤੁਹਾਡਾ ਕੈਮਰਾ ਵਰਕ ਕੇ ਮਾਸ਼ਾਅੱਲਾ ਇਹਨੂੰ ਘੁਮਾਓ ਜ਼ਰਾ ਆਕਾ ਦੇ ਗੁਲਾਮ ਮੈਨੂੰ ਵਿਖਾਣੇ ਨੇ ਹੱਥ ਖੜਾ ਕਰਕੇ ਹਰ ਬੰਦਾ ਬੋਲੇ ਅੱਜ ਮਾੜਿਆਂ ਦੇ ਪਾ ਚੜ ਗਏ ਨੇ ਅੱਜ ਸੁਣੀਆਂ ਨੂੰ ਚਾ ਚੜ ਗਏ ਬੋਲੋ ਬੋਲੋ ਅੱਜ ਸੁਣੀਆਂ ਨੂੰ ਚਾ ਚੜ ਗਏ ਨੇ ਵੇਖੋ ਅੱਜ ਸੁਣੀਆਂ ਨੂੰ ਚਾ ਚੜ ਗਏ ਨੇ ਵੇਖੋ ਅੱਜ ਸੁਣੀਆਂ ਨੂੰ ਚਾ ਚੜ ਗਏ ਨੇ ਤੇ ਕਈਆਂ ਮੁੱਲ ਕਰਾਨੇ ਕਈਆਂ ਮੁੱਲ ਕਰਾਨੇ ਬੂਥੇ ਸਜਾਏ ਸਰਕਾਰ ਕੀ ਦਿਲਦਾਰ ਕੀ ਸਰਕਾਰ ਕੀ ਦਿਲਦਾਰ ਕੀ ਸਰਕਾਰ ਕੀ ਆਸ਼ਿਕਾਂ ਨੇ ਜਸ਼ਨ ਮਨਾਏ ਕੇ ਨਾਮ ਨਾ ਦਾ ਲਾਲ ਆ ਗਿਆ ਬਗਦਾਦੀ ਕੀ ਬਾਤ ਸੁਭਾਨ ਅੱਲਾ ਕਾਫੀ ਦੇਰ ਬਾਅਦ ਅੱਜ ਮੈਂ ਸਾਊਂਡ ਤੇ ਪੜਿਆ ਔਰ ਆਪਰੇਟਿੰਗ ਵੀ ਬਹੁਤ ਅੱਛੀ ਅੱਲਾ ਬਰਕਤ ਦੇਵੇ ਤੁਹਾਡੀ ਨਿਸਬਤ ਏਡੀ ਬਗਦਾਦ ਸਾਊਂਡ ਨਿਸਬਤ ਏਡੀ ਸੋਹਣੀ ਹੈ ਮੈਂ ਕੀ ਦੁਆ ਕਰਨੀ ਹੈ ਤੁਹਾਡਾ ਨਿਸਬਤ ਨਹੀਂ ਦੁਆ ਹੈ ਬਗਦਾਦ ਸਾਊਂਡ ਨਿਸਬਤ ਹੀ ਦੁਆ ਹੈ ਇੱਕ ਸ਼ੇਰ ਜਸ਼ਨ ਦਾ ਹੋਰ ਪੇਸ਼ ਕਰਾਂਗਾ